ਵਿਧਾਨਸਭਾ ਹਲਕਾ ਜਗਰਾਓਂ ਵਿਖੇ ਆਮ ਆਦਮੀ ਪਾਰਟੀ ਦੇ ਖਹਿਰਾ ਗਰੁੱਪ ਵੱਲੋਂ ਜਗਰਾਓਂ ਵਿਖੇ ਭਰਵੀਂ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਸੁਖਪਾਲ ਸਿੰਘ ਖਹਿਰਾ ਪੂਰਵ ਵਿਪਕਸ਼ ਨੇਤਾ ਪੰਜਾਬ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਬਲਦੇਵ ਸਿੰਘ ਵਿਧਾਇਕ ਜੈਤੋਂ ਨਵਜੋਤ ਕੌਰ ਲੰਬੀ ਦਲਜੀਤ ਸਿੰਘ ਸਦਰਪੁਰਾ ਅੱਕੀ ਗਿੱਲ ਤੋਂ ਇਲਾਵਾ ਹੋਰ ਵੀ ਕਈ ਆਗੂ ਪਹੁੰਚੇ ਇਸ ਮੌਕੇ ਖਹਿਰਾ ਨੇ 7 ਅਕਤੂਬਰ ਨੂੰ ਬੇਅਦਬੀ ਮਾਮਲੇ 'ਚ ਬਰਗਾੜੀ ਵਿਖੇ ਹੋ ਰਹੇ ਰੋਸ ਧਰਨੇ 'ਚ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਖਹਿਰੇ ਦੀ ਰੈਲੀ ਵਿੱਚ ਲੋਕਾਂ ਦਾ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਕਰੀਬ 500 ਦੇ ਨੇੜੇ ਲੋਕ ਰੈਲੀ ਵਿੱਚ ਆਏ ਅਤੇ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ ਉਧਰ ਇਸ ਰੈਲੀ ਤੋਂ ਲੋਕਲ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂਕੇ ਤੇ ਹੋਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੂਰ ਰਹੇ ਜਦੋਂ ਇਸ ਬਾਰੇ ਖਹਿਰਾ ਨੂੰ ਪੁੱਛਿਆ ਤਾਂ ਉਹਨੇ ਕਿਹਾ ਕਿ ਉਹ ਆਪਣੇ ਇਲਾਕੇ ਦੇ ਵਿਧਾਇਕਾਂ ਨੂੰ ਹਲਕੇ ਦੇ ਵਿਚਰ ਕੇ ਆਪਣੇ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਜਿਤਾਇਆ ਹੈ ਨਾ ਕਿ ਸਾਰਾ ਦਿਨ ਬਾਹਰ ਘੁੰਮਣਾ ਜਦੋਂ ਇਸ ਬਾਰੇ ਜਗਰਾਓਂ ਦੀ ਬੀਬੀ ਸਰਬਜੀਤ ਕੌਰ ਮਾਨੂਕੇ ਨਾਲ ਗੱਲ ਕੀਤੀ ਤਾਂ ਉਹਨੇ ਦੱਸਿਆ ਕਿ ਪਹਿਲੀ ਗੱਲ ਉਹਨਾਂ ਨੂੰ ਅੱਜ ਦੀ ਰੈਲੀ ਬਾਰੇ ਕੋਈ ਸੰਦੇਸ਼ ਜਾਂ ਸੰਦੇਸ਼ਾ ਨਹੀਂ ਆਇਆ ਦੂਜੀ ਗੱਲ ਅੱਜ ਦੀ ਇਹ ਰੈਲੀ ਉਹਨਾਂ ਦੇ ਆਮ ਆਦਮੀ ਪਾਰਟੀ ਦੀ ਗਤੀਵਿਧੀਆਂ ਤੋਂ ਬਿਲਕੁਲ ਉਲਟ ਹੈ ਜਿਹਨੂੰ ਉਹ ਪਾਰਟੀ 'ਚ ਚੰਗਾ ਨਹੀਂ ਸਮਝਦੀ ਉੱਧਰ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਖਹਿਰਾ ਸਾਹਮਣਾ ਕਾਂਗਰਸ ਤੇ ਅਕਾਲੀਆਂ ਤੇ ਨਿਸ਼ਾਨਾ ਸਾਧਿਆ ਉੱਧਰ ਇਸ ਦੌਰਾਨ ਕਨਵੈਨਸ਼ਨ ਦੌਰਾਨ ਖਹਿਰਾ ਨੇ ਕਾਂਗਰਸ ਤੇ ਅਕਾਲੀਆਂ ਤੇ ਜਮ ਕੇ ਨਿਸ਼ਾਨੇ ਸਾਧੇ ਦੇਖੋ ਅੱਜ ਸਾਡਾ ਜਗਰਾਓਂ ਆਮ ਆਦਮੀ ਪਾਰਟੀ ਦੇ ਵਾਲੰਟੀਅਰਸ ਦੀ ਮੀਟਿੰਗ ਹੋਈ ਪਹਿਲਾਂ ਮੈਂ ਸ਼ਾਇਦ 3 ਸਪਟੈਂਬਰ ਨੂੰ ਪਹੁੰਚ ਨਹੀਂ ਸਕਿਆ ਸੀਗਾ ਮੈਨੂੰ ਬੁਖਾਰ ਹੋ ਗਿਆ ਸੀਗਾ ਤਾਂ ਇਹਨਾਂ ਵਿੱਚ ਬਹੁਤ ਜਜ਼ਬਾ ਸੀਗਾ ਕਿ ਸਾਨੂੰ ਤੁਸੀਂ ਇੱਕ ਵਾਰੀ ਜ਼ਰੂਰ ਮੀਟਿੰਗ ਕਰਕੇ ਜਾਓ ਤਾਂ ਅੱਜ ਦੁਬਾਰਾ ਉਹ ਮੀਟਿੰਗ ਕੀਤੀ ਬਹੁਤ ਵੱਡਾ ਇਕੱਠ ਹੋਇਆ ਮਤਲਬ ਕਰੀਮ ਜਿਹੜੀ ਸੀ ਕੌਂਸਟੀਚੁਐਂਸੀ ਦੀ ਉਹ ਉੱਥੇ ਪਹੁੰਚੀ ਆ ਤਾਂ ਮੈਨੂੰ ਬੜਾ ਦੁੱਖ ਆਉਂਦਾ ਕਿ ਜਿਹੜੇ ਸਾਡੇ MLAs ਨੇ ਉਹ ਲੋਕਾਂ ਦੀ ਨਬਜ਼ ਨਹੀਂ ਸੁਣਨ ਨੂੰ ਤਿਆਰ ਹੈਗੇ ਲੋਕਾਂ ਦੀ ਆਵਾਜ਼ ਨਹੀਂ ਸੁਣ ਰਹੇ ਉਹਨਾਂ ਦੇ ਪੁਕਾਰ ਨਹੀਂ ਸੁਣ ਰਹੇ ਔਰ ਪੰਜਾਬ ਦੇ ਜਿੰਨੇ ਵਾਲੰਟੀਅਰਸ ਨੇ ਆਮ ਆਦਮੀ ਪਾਰਟੀ ਦੇ ਉਹ ਚਾਹੁੰਦੇ ਨੇ ਕਿ ਪੰਜਾਬ ਨੂੰ ਹੁਣ ਪੰਜਾਬੀ ਚਲਾਉਣ ਕਿਉਂਕਿ ਜਿਹੜਾ ਦਿੱਲੀ ਦਾ ਤਜਰਬਾ ਸੀਗਾ ਐਕਸਪੈਰੀਮੈਂਟ ਕੀਤਾ ਉਹਨਾਂ ਨੇ ਫੇਲ ਹੋ ਚੁੱਕਾ ਵਾ ਇਸ ਲਈ MLAs ਨੂੰ ਮੇਰੀ ਬੜੀ ਨਿਮਰਤਾ ਨਾਲ ਬੇਨਤੀ ਆ ਕਿ ਅਲਟੀਮੇਟਲੀ ਆਪਾਂ ਲੋਕਾਂ ਵਿੱਚ ਰਹਿਣਾ ਆਪਾਂ ਪੰਜਾਬ ਵਿੱਚ ਰਹਿਣਾ ਆਪਾਂ ਪੰਜਾਬ ਦੇ ਮੁੱਦੇ ਉਠਾਉਣੇ ਆ ਇਸ ਲਈ ਇਹਨਾਂ ਦੀ ਆਵਾਜ਼ ਸੁਣੋ ਔਰ ਮੈਂ ਰਿਣੀ ਆਪਣੇ ਆਮ ਆਦਮੀ ਪਾਰਟੀ ਵਾਲੰਟੀਅਰਸ ਜਗਰਾਓਂ ਦਾ ਜਿਨ੍ਹਾਂ ਨੇ ਇੱਡੀ ਵੱਡੀ ਤਾਦਾਦ ਵਿੱਚ ਇਕੱਠ ਕੀਤਾ ਔਰ ਨਾਲ 7 ਅਕਤੂਬਰ ਕੋਟਕਪੂਰੇ ਪਹੁੰਚਣ ਦਾ ਬਹੁਤ ਵੱਡਾ ਵਾਅਦਾ ਕੀਤਾ ਇਸ ਲਈ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਸਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਤਕਰੀਬਨ ਮੌਜੂਦ ਸੀ ਕਿ ਨੇ ਹਾਂਜੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਨਰਲ ਸੈਕਟਰੀ ਗੋਪੀ ਜੋ ਪਹਿਲੀ ਆਪਣੀ ਰੈਲੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਸੀ ਸਾਨੂੰ ਨਜ਼ਰ ਨਹੀਂ ਆ ਰਹੀ ਨਹੀਂ ਮੈਨੂੰ ਨਹੀਂ ਪਤਾ ਕਿ ਇੰਡ ਵਿੱਚ ਕੌਣ ਨਹੀਂ ਹੈ ਲੇਕਿਨ ਤੁਸੀਂ ਅੱਜ ਦੇਖਿਆ ਕਿ ਕਾਫੀ ਸੈਂਕੜਿਆਂ ਦੀ ਤਾਦਾਦ ਵਿੱਚ ਜਿਹੜੀ ਕਰੀਮ ਹੁੰਦੀ ਕੌਂਸਟੀਚੁਐਂਸੀ ਦੀ ਉਹ ਸਾਰੇ ਪਹੁੰਚੇ ਹੋਏ ਸੀਗੇ ਹੁਣ ਕਈ ਵਾਰੀ ਇੰਡ ਵਿੱਚ ਨਹੀਂ ਮੈਂ ਕਹਿ ਸਕਦਾ ਹੋ ਸਕਦਾ ਕੁਝ ਦੂਸਰੇ ਗਰੁੱਪ ਵਾਲੇ ਚਾਰਾਜੋਈ ਕਰਦੇ ਨੇ ਪ੍ਰੈਸ਼ਰ ਵਗੈਰਾ ਪਾਉਂਦੇ ਨੇ ਉਹਦਾ ਹੋ ਸਕਦਾ ਪਰੰਤੂ ਬਹੁਤ ਵੱਡੀ ਤਾਦਾਦ ਵਿੱਚ ਜਗਰਾਓਂ ਦੇ ਹੀ ਸਾਰੇ ਇਹ ਰਹਿਣ ਵਾਲੇ ਨੇ ਇੱਥੋਂ ਦੇ ਲੋਕ ਨੇ ਇਸ ਲਈ ਉਹਨਾਂ ਦਾ ਇਹ ਮਨਸ਼ਾ ਵਾ ਕਿ ਪੰਜਾਬ ਨੂੰ ਪੰਜਾਬੀ ਚਲਾਉਣ ਪੰਜਾਬ ਦੀ ਧਰਤੀ 'ਤੇ ਬੈਠ ਕੇ ਫੈਸਲੇ ਲੈਣ ਇਸ ਲਈ ਇਹ ਸਾਰਾ ਕੱਟ ਚੜਾਜ ਔਰ ਨਾਲ ਕੋਟਕਪੂਰੇ ਵਾਸਤੇ ਉਹਨਾਂ ਨੇ ਆਉਣ ਦਾ ਫੈਸਲਾ ਲਿਆ ਦਿੱਲੀ ਵਿੱਚ ਮੀਟਿੰਗ ਹੋਈ ਹੈ ਜੀ ਅਤੇ ਮੀਟਿੰਗ ਪਹਿਲਾਂ ਵੀ ਹੋਈ ਤਾਂ ਤੁਹਾਨੂੰ ਕੋਈ ਮੈਂ ਵੀ ਟੈਲੀਵਿਜ਼ਨ ਚੈਨਲ 'ਤੇ ਦੇਖ ਰਿਹਾ ਕਿ ਮਿਸਟਰ ਕੇਜਰੀਵਾਲ ਦੇ ਘਰ ਇੱਕ ਮੀਟਿੰਗ ਹੋ ਰਹੀ ਜਿਹਦੇ 'ਚ MLA ਸੱਦੇ ਨੇ ਪੰਜਾਬ ਦੇ ਪਰੰਤੂ ਸਾਨੂੰ ਨਹੀਂ ਸੱਦਿਆ ਗਿਆ ਆਈ ਵਾਂਟ ਟੂ ਮੇਕ ਦਿਸ ਕਲੈਰੀਫਿਕੇਸ਼ਨ ਵੈਰੀ ਕੈਟਾਗੋਰੀਕਲੀ ਕਲੀਅਰ ਕਿ ਸਾਨੂੰ ਅੱਜ ਦੀ ਮੀਟਿੰਗ ਵਾਸਤੇ ਕੋਈ ਇਨਵੀਟੇਸ਼ਨ ਨਹੀਂ ਔਰ ਪਹਿਲੀ ਵਾਰੀ ਨਹੀਂ ਹੋਇਆ ਉਹ ਪਿੱਛੇ ਪੰਜਾਬ ਵਿੱਚ ਸੁਨਾਮ ਵੀ ਆਏ ਸੀ ਸਾਨੂੰ ਉਦੋਂ ਵੀ ਨਹੀਂ ਉਹਨਾਂ ਨੇ ਬੁਲਾਇਆ ਸੀਗਾ ਪਿੱਛੇ ਜਲੰਧਰ ਕਿਸੇ ਮੀਡੀਆ ਹਾਊਸ ਦੇ ਫੰਕਸ਼ਨ 'ਚ ਆਏ ਸੀ ਉਹਨਾਂ ਨੇ ਉਦੋਂ ਵੀ ਨਹੀਂ ਸੀ ਬੁਲਾਇਆ ਸੋ ਕਿਤੇ ਨਾ ਕਿਤੇ ਆਪ ਹੀ ਪਾਰਟੀ ਦੇ ਇੱਕ ਵਰਗ ਨੂੰ ਆਪ ਹੀ ਪਛਾੜੀ ਜਾਂਦੇ ਨੇ ਪਰੰਤੂ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਉਹ ਸੱਦਣਗੇ ਵੀ ਤਾਂ ਸਾਨੂੰ ਉਹਨਾਂ ਨੂੰ ਪੰਜਾਬ ਦੀ ਜ਼ਮੀਨ ਤੋਂ ਆਵਾਜ਼ ਆ ਰਹੀ ਜਿਹੜੀ ਕਿ ਪੰਜਾਬ ਨੂੰ ਮੁਕੰਮਲ ਖੁਦਮੁਖਤਿਆਰੀ ਅਤੇ ਪੰਜਾਬੀਆਂ ਨੂੰ ਪੰਜਾਬ ਚਲਾਉਣ ਦਾ ਅਧਿਕਾਰ ਚਾਹੀਦਾ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਅਸੀਂ ਇਹ ਕਿਸੇ ਦੇ ਖਿਲਾਫ਼ ਨਹੀਂ ਗੇ ਪਰੰਤੂ ਜਿਹੜਾ ਇੱਕ ਐਕਸਪੈਰੀਮੈਂਟ ਕੀਤਾ ਗਿਆ ਉਹਨਾਂ ਵੱਲੋਂ ਜਿਹੜੇ ਜਿੱਥੇ 250-300 ਦਿੱਲੀ ਤੋਂ ਆਗੂ ਭੇਜ ਕੇ ਪੰਜਾਬ ਮਾਈਕਰੋ ਮੈਨੇਜਮੈਂਟ ਕਰਕੇ ਚਲਾਉਣ ਦੀ ਕੋਸ਼ਿਸ਼ ਕੀਤੀ ਉਹ ਐਕਸਪੈਰੀਮੈਂਟ ਫੇਲ ਹੋ ਗਿਆ ਇਸ ਲਈ ਹੁਣ ਪੰਜਾਬ ਨੂੰ ਪੰਜਾਬੀਆਂ ਦੇ ਹੱਥ ਛੱਡ ਦੇਣ ਪੰਜਾਬ ਵੈਸੇ ਹੀ ਬੜੇ ਨਾਜ਼ੁਕ ਦੌਰ ਤੋਂ ਗੁਜ਼ਰ ਰਿਹਾ ਬਹੁਤ ਬੁਰੀ ਹਾਲਾਤ ਆ ਅਸੀਂ ਸਾਨੂੰ ਆਪਣੀ ਲੜਾਈ ਖੁਦ ਲੜ ਲੈਣ ਦੇ ਇੱਕ ਮੈਂ ਗੱਲ ਬਾਦਲ ਸਾਹਿਬ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮੈਂ ਉਹਨਾਂ ਦੇ ਬਿਆਨ ਪੜ੍ਹ ਰਿਹਾ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਇਨਸਾਫ਼ ਮੰਗ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਹਿਬਲ ਕਲਾਂ ਗੋਲੀ ਕਾਂਡ ਦਾ ਇਹ ਅਰਾਜਕਤਾ ਫੈਲਾ ਰਹੇ ਨੇ ਇਹ ISI ਦੇ ਏਜੰਟ ਨੇ ਇਹ ਅਮਨ ਅਤੇ ਸ਼ਾਂਤੀ ਭੰਗ ਕਰ ਰਹੇ ਨੇ ਮੇਰੀ ਬਾਦਲ ਸਾਹਿਬ ਨੂੰ ਨਿਮਰਤਾ ਨਾਲ ਬੇਨਤੀ ਹੈ ਕਿ ਤੁਸੀਂ 60 ਸਾਲ ਜਦੋਂ ਤੁਹਾਨੂੰ ਸੂਟ ਕੀਤਾ ਤੁਸੀਂ ਬੋਤਰਸ ਗਾਲੀ ਨੂੰ UNO ਦੇ ਸੈਕਟਰੀ ਨੂੰ ਜਾ ਕੇ ਖਾਲਿਸਤਾਨ ਦਾ ਮੈਮੋਰੈਂਡਮ ਵੀ ਦਿੱਤਾ ਤੁਸੀਂ ਅਕਾਲ ਤਖ਼ਤ ਦੇ ਸਾਹਮਣੇ ਖੜ੍ਹ ਕੇ 1 ਲੱਖ ਨੌਜਵਾਨ ਨੂੰ ਮਰਜੀਵੜੇ ਬਣਨ ਦੀ ਸਹੁੰ ਚੁਕਾਤੀ ਕਪੂਰੀ ਨਹਿਰ ਦੇ ਉੱਤੇ ਮੋਰਚਾ ਲਾ ਕੇ ਤੁਸੀਂ ਸਾਡੇ ਬੱਚਿਆਂ ਦੇ ਹੱਥਾਂ ਵਿੱਚ ਬੰਦੂਕਾਂ ਫੜਾਤੀਆਂ ਮਾਲਵੇ ਦੀ ਧਰਤੀ 'ਤੇ ਉਸ ਵਕਤ ਦੇ ਵੱਡੇ ਖਾੜਕੂ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਭੋਗ 'ਤੇ ਤੁਸੀਂ ਗਏ ਉਦੋਂ ਤਾਂ ਅਮਨ ਸ਼ਾਂਤੀ ਪੰਜਾਬ ਦੀ ਭੰਗ ਨਹੀਂ ਹੋਈ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਮੰਗਣ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋਵੇਗੀ ਸਾਡਾ ਇਹ ਮੰਨਣਾ ਵਾ ਕਿ ਇਹ ਦੋਨੋਂ ਪਿਓ ਪੁੱਤ ਅਗਰ ਘਰ ਬਹਿ ਜਾਣ ਤਾਂ ਪੰਜਾਬ ਵਿੱਚ ਅਮਨ ਸ਼ਾਂਤੀ ਵੈਸੇ ਆਟੋਮੈਟਿਕਲੀ ਹੀ ਬਹਾਲ ਹੋ ਜਾਵੇ ਤੁਸੀਂ ਕਾਂਗਰਸ ਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਾਂਗਰਸ ਦੇ ਹੈਰਾਨ ਹਾਂ ਕਿ ਉਹਨਾਂ ਨੇ ਲੰਬੀ ਦੀ ਰੈਲੀ ਕਿਉਂ ਰੱਖੀ ਆ
ਅਤੇ ਬਹਿਬਲ ਕਲਾਂ ਵਿੱਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਰੋਸ ਮਾਰਚ ਦਾ ਨਾਮ ਦਿੱਤਾ ਕੋਟਕਪੂਰੇ ਤੋਂ 7 ਅਕਤੂਬਰ ਸੰਡੇ ਨੂੰ। ਜਾਗਤੀ ਲੈ ਲਈ ਜਗਰਾਓਂ ਤੋਂ ਕੈਮਰਾਮੈਨ ਮੋਹਿਤ ਜੈਨ ਦੇ ਨਾਲ ਦਵਿੰਦਰ ਜੈਨ ਅਤੇ ਬਿਊਰੋ ਰਜੇ ਜੈਨ ਦੀ ਰਿਪੋਰਟ।